दुआ की फकीर दियाँ कुराना पढ़िया नमाजा पढ़िया इबादत किते तामी मैनू दुख क्यों मिले यही पूछना है क्यों मर गई मेरी गुड्डी भी छोटी जी बन नहीं बने बस चांस वांगू चांस चांस ही बने ना पहला तेरे घर दी फिर गुड्डी मरी है आई हुए ना आई हुए ना पुट्ठा कम पिया सारा चल बाबा देखी क्यों पिया पुट्ठा कम है हूं बेटे रात को रो रो के रात कटदा बिलकुल भी नहीं दिल करता तू भी बस इस चंगा सुसाइड कर ले ऐ हों ना दिल में बुरे बुरे ख्याल आता इस चंगा मैं भी आपके बच्चों को जावा ना तो तेन रोटी चंग लगती है ना घरे मन लगता बस सारा दिन कमलिया तरह बस पागल डिप्रैशन टेंशन लगी रही है ऐ हो ना एक कुरान तुम पढ़ते होंगे सी बाबा जी गुरु कितों का बनाया सी बेटा कोई कुरान पढ़नी कोई छोटी मोटी गल थोड़ा कुरान पढ़नी कोई छोटी मोटी गल नहीं है ओ कहानी सुनी है गुरु बिना गत नहीं शाह बिना पत नहीं सुनी होवे कहानी एक कुरान पढ़नी बेटा कोई सौखी गल नहीं है कुरान असी नहीं पढ़ते ना असी पीरां नूं मनदे असी नहीं पढ़ते माड़ी मोटी मिस्टेक होती ना गलती हो जाती है चल गलती हुई है तेरे तो वेख कित्थे हुई है मिस्टेक हुई है ताइयों तेरा परिवार उजड़ गया तेरा हुण वेख कित्थे गलती हुई सी ऐ थोड़े तरह थोड़े परिवार दे विच पहला तेरी कोई भाभी गुजरी है पहला भाभी जां कोई तेरी सिस्टर मरी हुई है एवें चाण चक्की ਮੇਰੀ ਸਿਸਟਰ ਨੇ ਸਿਸਟਰ ਦੇ ਹਸਬੰਡ ਦੀ ਡੈਥ ਹੋਈ ਇਹ ਕਿੱਥੇ ਰਹਿੰਦੇ ਸੀ ਇਹ ਗ੍ਰੀਸ ਤੋਂ ਆਇਆ ਸੀ ਬਾਹਰੋਂ ਠੀਕ ਹੈ ਫਿਲਮਾਂ ਬਿਆਸ ਦੇ ਲੱਗੇ ਮੇਰੇ ਪਤਾ ਕੀ ਹੈ ਜਿਹੜਾ ਥਾਣੇ ਕਚਹਿਰੀ ਹੁੰਦਾ ਨਾ ਉਹਦੀ ਆਸ ਹੁੰਦੀ ਹੈ ਕਿ ਸਾਲ ਨੂੰ ਆ ਜਾਊਗਾ 2 ਸਾਲ ਨੂੰ ਆ ਜਾਊਗਾ ਮਹੀਨੇ ਨੂੰ ਆ ਜਾਊਗਾ ਨਾ ਜਿਹੜਾ ਆ ਦੁਨੀਆ ਹੀ ਛੱਡ ਗਿਆ ਉਹਦੀ ਆਸ ਨਾ ਰੱਖੋ ਠੀਕ ਹੈ ਨਾ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਮਰੇ ਨਾਲ ਮਰਿਆ ਤਾਂ ਜਾਂਦਾ ਨਹੀਂਗਾ ਕਿ ਮਰਿਆ ਜਾਂਦਾ ਮਰੇ ਨਾਲ ਨਹੀਂ ਮਰਿਆ ਜਾਂਦਾ ਨਾ ਹੁਣ ਆਪਾਂ ਕੀ ਕਰ ਸਕਦੇ ਦੱਸ ਇਹ ਨਾ ਮਾਤਾ ਮਸਾਣੀ ਦਾ ਚੱਕਰ ਸੀਗਾ ਦੇਖ ਤੂੰ ਜਿਸ ਟਾਈਮ ਕੁਰਾਨ ਪੜ੍ਹ ਰਿਹਾ ਸੀਗਾ ਬਾਥਰੂਮ ਆਇਆ ਤੈਨੂੰ ਬਾਥਰੂਮ ਕਰਨ ਚੱਲ ਗਿਆ ਹੱਥ ਧੋਤੇ ਇਹ ਨਾ ਬੇਟਾ ਨਹਾਣਾ ਪੈਂਦਾ ਪੂਰੀ ਸੁੱਚਮ ਰੱਖਣੀ ਪੈਂਦੀ ਹੈ ਪੂਰੀ ਸੁੱਚਮ ਮੈਂ ਬਾਥਰੂਮ ਤੇ ਜਾਣਾ ਤੇ ਦੁਬਾਰਾ ਮੈਂ ਨਹਾਉਣਾ ਜ਼ਰੂਰੀ ਨਹੀਂ ਉਦੋਂ ਤੇ ਤੂੰ ਮਿਸਟੇਕ ਹੋਈ ਹੈ ਮਿਸਟੇਕ ਹੋਊਗੀ ਹੋਈ ਹੈ ਬੇਟਾ ਮਿਸਟੇਕ ਤਾਂ ਇਹ ਤਾਂ ਜਾਣ ਤੱਕ ਇਹ ਗੁੜੀਆਂ ਤੇਰੀ ਨੀਲੀ ਪੀਲੀ ਹੋ ਗਈ ਸੀ ਬਿਲਕੁਲ ਪੀਲੀ ਹੋ ਗਈ ਸੀ ਜਮਾ ਬਿਲਕੁਲ ਪੀਲੀ ਹੋ ਗਈ ਸੀ ਨਾ ਜਮਾ ਪੀਲੀ ਸੀ ਵੈਂਟੀਲੇਟਰ ਤੇ ਰਹੀ ਸੀ ਹਾਂ ਵੈਂਟੀਲੇਟਰ ਤੇ ਰੱਖੀ ਸੀ ਨਾ 6-7 ਦਿਨ ਫੇਵਰੇ ਤੇਰੇ ਮਾਤਾ ਮਸਾਣੀ ਦਾ ਚੱਕਰ ਚੱਲ ਗਿਆ ਵਿੱਚ ਨਾਲ ਠੀਕ ਹੈ ਨਾ ਔਰ ਇੱਕ ਤੁਹਾਡੇ ਅੱਗ ਲਾ ਕੇ ਕੌਣ ਮਰਿਆ ਔਰ ਇੱਕ ਛੱਤ ਥੱਲੇ ਡੇਕ ਕੇ ਕੌਣ ਮਰਿਆ ਹੋਇਆ ਛੱਤ ਥੱਲੇ ਡੇਕ ਕੇ ਔਰ ਅੱਗ ਲਾ ਕੇ ਕੌਣ ਮਰਿਆ ਤੁਹਾਡੇ ਪਰਿਵਾਰ ਦੇ ਜਾਂ ਗਲੀ ਮਲੇ ਚ ਹੈ ਨਹੀਂ ਕੋਈ ਇਹ ਚੀਜ਼ਾਂ ਦਾ ਰੌਲਾ ਸੀਗਾ ਰਾਜੇ ਜਿਹੜਾ ਤੇਰੀ ਘਰ ਦੀ ਵੀ ਗਈ ਔਰ ਤੇਰੀ ਗੁੱਡੀ ਵੀ ਗਈ ਮਸਾਣੀ ਨੇ ਪਾਲਿਆ ਉਹਨਾਂ ਤੇ ਪੈਰਾ ਠੀਕ ਹੈ ਨਾ ਇਹ ਨਾ ਕਦੇ ਕੁਰਾਨ ਪੜੋ ਗੁਰੂ ਤੋਂ ਬਗੈਰ ਆਗਿਆ ਲੈ ਕੇ ਐਵੇਂ ਨਹੀਂ ਪੜਨੀ ਚਾਹੀਦੀ ਕੀ ਕਾਸ਼ਟ ਕੀ ਆਪਣੀ ਬਰਾਦਰੀ ਕੀ ਆਪਣੀ ਮੇਰੀ ਸਾਡੀ ਛਿੰਦੇ ਛਿੰਦੇ ਹੋ ਤਾਂ ਇਹ ਤਾਂ ਕੰਮ ਖਰਾਬ ਹੋ ਗਿਆ ਵਿੱਚ ਜੇ ਤੇਰਾ ਵੀ ਐਕਸੀਡੈਂਟ 2-3 ਵਾਰੀ ਹੋ ਗਿਆ ਸੀਗਾ ਨਗਾਹ ਹੋ ਗਿਆ ਸੀਗਾ ਹੋਇਆ ਸੀ ਨਾ ਐਕਸੀਡੈਂਟ ਉਸ ਤੋਂ ਬਾਅਦ ਹੀ ਹੋਣਾ ਜਦੋਂ ਤੇਰੀ ਗੁੱਡੀਆਂ ਮਰੀ ਹੈ ਔਰ ਤੇਰੇ ਘਰੋਂ ਅੱਜ ਤੇ ਆਪਣਾ 6-7 ਦਿਨ ਹੋ ਗਏ ਗੁੱਡੀਆਂ ਦੇ ਵੀਰੇ ਤੂੰ ਨਾ ਇਹ ਕਰ ਆਪਦਾ ਨਾ ਸੈੱਟ ਕਰਵਾਲਾ ਕੰਮ ਘਰੇ ਲਿਜਾ ਕੇ ਨਹੀਂ ਤਾਂ ਨਾ ਚੀਜ਼ ਇਹੋ ਜੀ ਹੈ ਤੁਹਾਡੇ ਮਗਰ ਜਾਂ ਤਾਂ ਤੈਨੂੰ ਵੀ ਲੈ ਕੇ ਜਾਊਗੀ ਹੁਣ ਵੇਖ ਲੈ ਐਕਸੀਡੈਂਟ ਹੋ ਕੇ ਬੱਚਾ ਔਰ ਸਿਰ ਤੇ ਟਾਂਕੇ ਕਿਹਦੇ ਆ ਸੀ 20-25 ਟਾਂਕੇ ਕਿਹਦੇ ਆ ਗਏ ਸੀਗੇ ਨੇ ਟਾਂਕੇ ਨਹੀਂ ਲੱਗੇ ਸੀ ਸਿਰਫ ਗੋਡੇ ਵਗੈਰਾ ਤੇ ਲੱਗੇ ਸੀ ਕਿਤੇ ਹੋਇਆ ਸੀ ਚਾਂਸ ਇਹ ਮੇਰੇ ਹੀ ਸੱਟ ਲੱਗੀ ਉੱਡਾ ਹੀ ਹੋਇਆ ਸੀ ਨਾ ਇਹ ਵੀਰੇ ਤੁਹਾਨੂੰ ਨਾ ਪ੍ਰੇਤ ਇਹੋ ਜਿਹਾ ਤੁਹਾਨੂੰ ਜਿਹੜਾ ਪੁੱਠੇ ਰਾਸਤੇ ਮੌਤ ਦੇ ਮੂੰਹ 'ਚ ਲੈ ਕੇ ਜਾਂਦਾ ਆਪਦਾ ਕਰੇ ਲੈ ਜਾ ਕੇ ਪੈਰ ਪਵਾ ਦੇ ਮੈਂ ਜਿਹੜਾ ਮੇਰਾ ਜਿਹੜਾ ਪੀਰ ਪਾਸ਼ਾ ਠੀਕ ਹੈ ਨਾ ਉਹਨਾਂ ਉਸ ਤੋਂ ਬਾਅਦ ਮੈਰਿਜ ਹੋਈ ਕਿ ਨਹੀਂ ਹੋਈ